ਚੱਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਉਹਨਾਂ ਦੇ ਨਾਲ ਵਿਰਾਜਮਾਨ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਪ੍ਰਧਾਨ ਸਾਬਕਾ ਵਜ਼ੀਰ ਬੀਬੀ ਜਗੀਰ ਕੌਰ ਜੀ ਉਹਨਾਂ ਦੇ ਨਾਲ ਵਿਰਾਜਮਾਨ ਸਾਡੇ ਮੌਜੂਦਾ ਅਤੇ ਸਾਬਕਾ MLA ਸਾਹਿਬਾਨ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਯੂਥ ਅਕਾਲੀ ਦਲ ਸ਼੍ਰੋਮਣੀ ਇਸਤਰੀ ਅਕਾਲੀ ਦਲ ਦੇ ਅਹੁਦੇਦਾਰ ਸਾਹਿਬਾਨ ਸਤਿਕਾਰਯੋਗ ਮੇਰੀਆਂ ਮਾਵਾਂ ਭੈਣਾਂ ਨੌਜਵਾਨ ਵੀਰੋਂ ਬਜ਼ੁਰਗੋਂ ਗੱਜ ਵੱਜ ਕੇ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਮੈਂ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੀ ਲੀਡਰਸ਼ਿਪ ਨੂੰ ਵਰਕਰ ਸਾਹਿਬਾਨਾਂ ਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਉੱਥੇ ਬੀਬੀ ਜਗੀਰ ਕੌਰ ਜੀ ਨੂੰ ਅੱਜ ਦੇ ਦੁਆਬੇ ਦੀ ਪਹਿਲੀ ਰੈਲੀ ਦੀ ਇਸ ਠਾਠਾ ਮਾਰਦੇ ਪੋਲ ਖੋਲ ਰੈਲੀ ਦੀ ਲੱਖ ਲੱਖ ਵਧਾਈ ਪੇਸ਼ ਕਰਦਾ ਕਿ ਇੱਕ ਦੁਆਬੇ ਦੀ ਧਰਤੀ 'ਤੇ ਰਿਕਾਰਡ ਤੋੜ ਇਕੱਠ ਹੋਣਾ ਏਡੀ ਵੱਡੀ ਗਿਣਤੀ 'ਚ ਸੰਗਤ ਦੀ ਇੱਥੇ ਸ਼ਮੂਲੀਅਤ ਹੋਣੀ ਇਹਦੇ 'ਚ ਜਿੱਥੇ ਤੁਹਾਨੂੰ ਸਭ ਨੂੰ ਵਧਾਈ ਹੈ ਉੱਥੇ ਬੀਬੀ ਜਗੀਰ ਕੌਰ ਜੀ ਨੂੰ ਵੀ ਦਿਲ ਦੀਆਂ ਗਹਿਰਾਈਆਂ 'ਚੋਂ ਮੈਂ ਵਧਾਈ ਦਿੰਦਾ। ਸਰਕਾਰ ਦਾ ਸਾਲ ਪੂਰਾ ਮਾਰਚ ਦੀ 16 ਤਰੀਕ ਨੂੰ ਇੱਕ ਸਾਲ ਪੂਰਾ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਦਾ ਹੋ ਜਾਣਾ ਅਤੇ ਚਾਹੀਦਾ ਤਾਂ ਇਹ ਸੀ ਕਿ ਜਦੋਂ ਨਵਾਂ ਨਵਾਂ ਵਿਆਹ ਹੁੰਦਾ ਤੁਸੀਂ ਪੜ੍ਹਿਆ ਲਿਖਿਆ ਤੁਹਾਡਾ ਇਲਾਕਾ ਕਈ ਕਨੇਡਾ ਬੈਠੇ ਕਈ ਅਮਰੀਕਾ ਬੈਠੇ ਤੁਹਾਨੂੰ ਤਾਂ ਇਹ ਕਹਾਣੀ ਵੱਧ ਸਮਝ ਆਉਂਦੀ ਹੈ ਮਾਝੇ 'ਚ ਜਾ ਕੇ ਗੱਲ ਕਰ ਲਓ ਅਤੇ ਕਈਆਂ ਨੂੰ ਨਹੀਂ ਸਮਝ ਆਉਂਦੀ ਕਿ ਜਦੋਂ ਨਵਾਂ ਨਵਾਂ ਵਿਆਹ ਹੋਇਆ ਹੋਵੇ ਅਤੇ ਇੱਕ ਹਨੀਮੂਨ ਪੀਰੀਅਡ ਕਹਿ ਦਿੰਦੇ ਉਹਨੂੰ ਕਿ ਕਦੇ ਕੋਈ ਭੂਆ ਰੋਟੀ ਕਰਦੀ ਆ ਕਦੇ ਮਾਮੀ ਕਰਦੀ ਆ ਕਦੇ ਭੈਣ ਕਰਦੀ ਆ ਕਦੇ ਚਾਚੀ ਕਰਦੀ ਆ ਰੋਟੀਆਂ ਹੀ ਨਹੀਂ ਮੁੱਕਦੀਆਂ ਵਿਆਹ ਦੀ ਖੁਸ਼ੀ ਦੀਆਂ ਅਤੇ ਸੀ ਤਾਂ ਸਮਾਂ ਸਰਕਾਰ ਦਾ ਕਿ ਹਲੇ ਸਾਲ ਪੂਰਾ ਹੋਇਆ ਅਤੇ ਇਹ ਆਪਦੀਆਂ ਚਾਹਵਾਂ ਪੂਰੀ ਕਰਦੇ ਲੋਕਾਂ ਨਾਲ ਖੁਸ਼ੀ ਮਨਾਉਂਦੇ ਅਤੇ ਲੋਕ ਉਹਨਾਂ ਦੀ ਖੁਸ਼ੀ ਮਨਾਉਂਦੇ ਕਿ ਸਰਕਾਰ ਬਣੀ ਹੈ। ਮਗਰ ਮੈਂ ਸਮਝਦਾ ਸਾਲ ਦੇ ਅੰਦਰ ਅੰਦਰ ਆ ਯੁਵਰਾਜ ਭੁਪਿੰਦਰ ਸਿੰਘ ਗੱਲ ਕਰਕੇ ਗਏ ਹੈ ਕਿ ਕਿਵੇਂ ਇੱਕ ਬੀਬੀ ਦਾ ਫੋਨ ਆਇਆ ਕਿ ਰੈਲੀ ਕਿੰਨੇ ਵਜੇ ਹੈ। ਕਹਿੰਦਾ ਬੀਬੀ ਜੀ 1 ਵਜੇ ਰੈਲੀ ਹੈ ਅਤੇ ਕਹਿੰਦਾ 3 ਕੁ ਵਜੇ ਤੱਕ ਬਾਦਲ ਸਾਹਿਬ ਦੀ ਸਰਕਾਰ ਬਣ ਜੂ। ਫਿਰ ਹਾਲਾਤ ਵਾਕੇ ਲੋਕ ਐਡੇ ਠਾਠਾ ਮਾਰਦੇ ਇਕੱਠ ਪਾਵੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਬਾਰਡਰ ਦੇ ਇਲਾਕੇ 'ਤੇ ਫਾਜ਼ਿਲਕਾ ਗਏ ਉੱਥੇ ਭੀੜ ਵੇਖਣ ਵਾਲੀ ਸੀ। ਭਾਵੇਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਬਠਿੰਡੇ ਮਾਨਸੇ ਗਏ ਉੱਥੇ ਭੀੜ ਵੇਖਣ ਵਾਲੀ ਸੀ ਅਤੇ ਜੇ ਤੁਸੀਂ ਲੁਧਿਆਣੇ ਆਏ ਜਾਂ ਜਿਹੜੀ ਲੇਟੈਸਟ ਰੈਲੀ ਗੁਰੂ ਹਰ ਸਾਹਿਬ 'ਚ ਹੋਈ ਸੀ ਉੱਥੇ ਗਏ ਜਾਂ ਅੱਜ ਦੇ ਸਟਾਟਾ ਮਾਰਦੇ ਇਕੱਠ ਨੇ ਇੱਕ ਗੱਲ ਸਪਸ਼ਟ ਕਰਤੀ ਹੈ ਕਿ ਭਾਵੇਂ ਉਹ ਮਾਲਵਾ ਹੈ ਭਾਵੇਂ ਉਹ ਮਾਝਾ ਹੈ ਅਤੇ ਭਾਵੇਂ ਉਹ ਦੁਆਬਾ ਹੈ ਲੋਕਾਂ ਦੀਆਂ ਜੋ ਮਨਸ਼ਾ ਨੇ ਮੌਜੂਦਾ ਸਰਕਾਰ ਪ੍ਰਤੀ ਇਹ ਲੋਕਾਂ ਦੇ ਠਾਠਾ ਮਾਰਦੇ ਇਕੱਠ ਇਸ ਗੱਲ ਨੂੰ ਸਪਸ਼ਟ ਕਰ ਰਹੇ ਹੈ ਕਿ ਮੌਜੂਦਾ ਸਰਕਾਰ ਤੋਂ ਲੋਕ ਕਿੰਨੇ ਦੁਖੀ ਹੈ। ਵੈਸੇ ਦੁਖੀ ਹੋਣ ਵੀ ਕਿਉਂ ਨਾ, ਉਹ 2-3 ਤਾਂ ਇਹੋ ਜਿਹੇ ਵਜ਼ੀਰ ਬਣਾ ਤੇ ਆ ਬੰਟੀ ਅਤੇ ਬਬਲੀ ਜਿਨ੍ਹਾਂ ਨੂੰ ਕੋਈ ਸਿੱਧਾ ਕੰਮ ਕੋਈ ਕੀਤਾ ਹੋਵੇ। ਇੱਕ ਦਾ ਤਾਂ ਮੈਂ ਰੋਜ਼ ਹੀ ਕੰਮ ਵੇਖਦਾ, ਕਹਿੰਦਾ ਨੱਪ ਦਿਓ ਕਿੱਲੀ ਚੱਕ ਦਿਓ ਫੱਟੇ ਰਾਤ ਨੂੰ ਜਲੰਧਰ ਸਵੇਰੇ ਦਿੱਲੀ, ਉਹੋ ਜਿਹੀਆਂ ਗੱਲਾਂ ਹੀ ਕਰੀ ਜਾਂਦਾ। ਹੁਣ ਵੀ ਉਸੇ ਸਪੀਡ ਨਾਲ ਲਿਖਿਆ ਕਿ ਚੱਕ ਦਿਓ ਫੱਟੇ ਨੱਪ ਦਿਓ ਕਿੱਲੀ ਰਾਤ ਨੂੰ ਬਾਜਵੇ ਦਾ ਸਵੇਰੇ ਕੈਪਟਨ ਦਾ ਰਾਤ ਸ਼ਾਮ ਨੂੰ ਪਤਾ ਨਹੀਂ ਕਿਸੇ ਦਾ। ਦਿਨ ਦਿਹਾੜੇ 'ਚ ਤਾਂ ਕਿੰਨੀ ਵਾਰੀ ਪਿਓ ਬਦਲ ਜਾਂਦੇ ਆ। ਮੈਂ ਹੈਰਾਨ ਹੋ ਗਿਆ ਅਤੇ ਮੈਂ ਮਜਬੂਰ ਵੀ ਹੋ ਗਿਆ ਇੱਕ ਵਾਰੀ ਪੁੱਛਣ ਵਾਸਤੇ। ਮੈਂ ਕਿਹਾ ਸਿੱਧੂ ਸਾਹਿਬ ਆਹ 15-20 ਸਾਲ ਤਾਂ ਮੈਨੂੰ ਹੋ ਗਏ ਵੇਖਦਿਆਂ ਨੂੰ, ਤੁਸੀਂ ਤਾਂ ਬੀਬੀ ਜੀ ਇਹ ਗੱਲ ਕਰਦੇ ਹੋ ਨਾ ਕਿ ਵਿਰਾਸਤੇ ਖਾਲਸਾ ਨੂੰ ਚਿੱਟਾ ਹੱਥੀ ਕਹਿਤਾ, ਉਹਦੇ ਮੂੰਹ ਤੋਂ ਤਾਂ ਕੁਛ ਵੀ ਨਿਕਲ ਸਕਦਾ ਜਿਹੜਾ ਦਿਨ ਦਿਹਾੜੇ ਪਿਓ ਬਦਲੀ ਜਾਵੇ ਅਤੇ ਉਹ ਤਾਂ ਕੁਛ ਵੀ ਕਹਿ ਸਕਦਾ ਵਿਰਾਸਤੇ ਖਾਲਸਾ ਬਾਰੇ। ਮੈਂ ਉਸ ਦਿਨ ਵੇਖਿਆ ਸੀ ਆ ਜੋਸ਼ ਜੀ
ਇਹ ਆਪਦੇ ਮੇਚ ਨਾਲੋਂ ਮੇਰੇ ਮੇਚ ਦਾ ਜੇ ਇਹਨੂੰ ਕਰਾ ਦਿਓ ਤੇ ਸੌਖਾ ਨਹੀਂ ਹੋਊ। ਮੇਰਾ ਤਾਂ ਜ਼ੋਰ ਲੱਗਿਆ, ਮੈਂ ਗਾਂਹ ਨੂੰ ਨਾ ਡਿੱਗ ਜਾ ਕਿਸੇ, ਇਹਨੂੰ ਮੇਰੇ ਨੇੜੇ ਕਰਾ ਦਿਓ ਕੰਮ ਜੀ। ਆ ਚੱਕ ਦੇ ਮੇਰਾ ਵੀਰ, ਜੋਸ਼ ਦੀ ਜੇ ਦੀਵਾਰੀ ਆਊ ਤੇ ਅਸੀਂ ਹੋਸ਼ ਨਾਲ ਕੰਮ ਲੈ ਲਾਂਗੇ। ਨੂੰ ਕਾਗਜ਼ ਬੇਰਾ ਕਹਿਣ ਦਾ ਭਾਵ ਸੀ ਕਿ ਬੇਫਜ਼ੂਲੀਆਂ ਗੱਲਾਂ ਸਵੇਰ ਤੋਂ ਸ਼ਾਮ ਤੱਕ ਮੰਗੇਰੀ ਲਾਲ ਦੇ ਸੁਪਨੇ ਵਿਖਾਉਣ ਵਾਲੇ ਦੋ ਵਜ਼ੀਰ ਰੰਗਾ ਅਤੇ ਬਿੱਲਾ ਦੀ ਕਹਾਣੀ ਜੇ ਮੈਂ ਦੱਸਣ ਲੱਗ ਪਾਂ ਤਾਂ ਮੈਨੂੰ ਬਾਕੀ ਕੋਈ ਕਹਾਣੀ ਦੱਸਣ ਦੀ ਲੋੜ ਨਹੀਂ ਰਹਿ ਜਾਣੀ। ਮੈਂ ਹੈਰਾਨ ਹੋ ਜਾਂਦਾ ਕਿ ਮੈਂ ਇਹ ਗੱਲ ਉਸ ਦਿਨ ਵੀ ਕਹੀ ਸੀ। ਵੈਸੇ ਮੈਂ ਉਸ ਦਿਨ ਮੂੰਹ ਵੇਖਿਆ ਸੀ ਨਵਜੋਤ ਸਿੰਘ ਦਾ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਜੰਗੇ ਆਜ਼ਾਦੀ 'ਚ ਆ ਕੇ ਇਹ ਗੱਲ ਆਖੀ ਕਿ ਜੋ ਕੰਮ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਆਪਣੀ ਯਾਦਗਾਰਾਂ ਦਾ ਪੰਜਾਬ 'ਚ ਕਰ ਗਏ ਆ ਕੋਈ ਮੁੱਖ ਮੰਤਰੀ ਕਰ ਨਹੀਂ ਸਕਦਾ। ਅਤੇ ਮੈਂ ਉਹਦੇ ਬੁੱਲ ਫੜਕਦੇ ਵੇਖੇ ਸੀ ਨਵਜੋਤ ਸਿੰਘ ਦੇ ਕਿ ਇਹ ਕੀ ਕਹੀ ਜਾਂਦਾ ਕੈਪਟਨ ਅਮਰਿੰਦਰ ਸਿੰਘ। ਮੈਂ ਤਾਂ ਸਵੇਰ ਤੋਂ ਸ਼ਾਮ ਚਿੱਟਾ ਹੱਥੀ ਦੱਸੀ ਜਾਂਦਾ ਅਤੇ ਇਹ ਸਹੀ ਗੱਲ ਦੱਸੀ ਜਾਂਦਾ। ਇਸ ਲਈ ਮੇਰਾ ਕਹਿਣ ਦਾ ਭਾਵ ਆ ਕਿ ਸੱਚਾਈ ਨਹੀਂ ਲੁਕ ਸਕਦੀ। ਗੱਲਾਂ ਕਰਨ ਦੀ ਥਾਂ ਜੇ ਕੰਮ ਵੱਧ ਹੁੰਦਾ ਤੇ ਮੈਂ ਸਮਝਦਾ ਅੱਜ ਪੰਜਾਬ ਦੇ ਕੋਨੇ ਕੋਨੇ 'ਚੋਂ ਲੋਕ ਕਾਂਗਰਸ ਨੂੰ ਵਧਾਈ ਦੇ ਰਹੇ ਹੁੰਦੇ, ਇੰਨੀ ਤਰ੍ਹਾਂ ਤਰ੍ਹਾਂ ਨਾ ਹੋਣ ਦੀ। ਆ ਕੱਲ੍ਹ ਇਲੈਕਸ਼ਨ ਹੋ ਕੇ ਹਟੀ ਹੈ, ਚਲੋ ਪਹਿਲਾਂ ਬੀਬੀ ਜੀ ਵਾਕਈ ਇਸ ਗੱਲ ਦੀ ਤੁਹਾਨੂੰ ਵਧਾਈ ਹੈ ਕਿ ਜਿੰਨਾ ਧੱਕਾ ਅਤੇ ਜਿੰਨਾ ਜ਼ੋਰ ਮੌਜੂਦਾ ਕਾਂਗਰਸ ਸਰਕਾਰ ਦੇ ਜੇ ਕੰਮ ਚੰਗੇ ਹੁੰਦੇ ਤੇ ਮੈਂ ਸਮਝਦਾ ਹੁਣ ਅਮਲਾ ਤੇ ਨਿਬੇੜੇ ਕਿਸੇ ਨਾਲ ਤੇਰੀ ਜ਼ਾਤ ਪੁੱਛਣੀ, ਇੰਨਾ ਧੱਕੇ ਦੀ ਲੋੜ ਨਾ ਪੈਂਦੀ। ਲੋਕਾਂ ਨੇ ਫੈਸਲਾ ਕਰ ਦੇਣਾ ਸੀ ਕਿ ਨਹੀਂ ਇਹਨਾਂ ਦੇ ਕੰਮ ਬਹੁਤ ਚੰਗੇ, ਇਹਨਾਂ ਦੀ ਕਾਰਪੋਰੇਸ਼ਨਾਂ ਚਾਹੀਦੀਆਂ ਨੇ, ਮਗਰ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਸਮਝ ਆ ਗਈ ਕਿ ਹੁਣ ਗੱਲੀ ਬਾਤੀ ਗੱਡੀ ਨਹੀਂ ਚੱਲਣੀ। ਤੇ ਜੇ ਗੱਲੀ ਬਾਤੀ ਕੰਮ ਰੱਖਿਆ ਤੇ ਲੋਕਾਂ ਨੇ ਫਿਰ ਜਿਵੇਂ 10 ਸਾਲ ਲਾਂਭੇ ਕੀਤਾ ਸੀ ਤੇ ਲਾਂਭੇ ਕਰ ਦੇਣਾ। ਇਸ ਲਈ ਧੱਕੇ ਤੇ ਉੱਤਰ ਆਏ। ਆ 2-3 ਵਾਰਡ ਲੁਧਿਆਣੇ 'ਚ ਇਲੈਕਸ਼ਨ ਹੋਈ, ਤੁਸੀਂ ਹੈਰਾਨ ਹੋ ਜਾਓਗੇ, ਜੇ 800 ਵੋਟਾਂ ਸਨ 900 ਪੋਲ ਕਰਾਤੀ ਪਿਓ ਦੇ ਪੁੱਤਾਂ ਨੇ, ਤੇ ਇੱਕ ਜਗ੍ਹਾ ਨਹੀਂ ਤੁਸੀਂ ਹੈਰਾਨ ਹੋ ਜਾਓਗੇ ਕਿ 59% ਪੋਲਿੰਗ ਹੋਈ, ਜਦਕਿ ਇੰਨਾ ਧੱਕਾ ਤੇ ਇੰਨੀ ਬੋਗਸ ਵੋਟਾਂ ਪਈਆਂ। ਫਿਰ ਵੀ ਜੇ ਲੋਕ ਨਿਕਲਣ ਨੂੰ ਨਾ ਆਏ, ਇੰਡਸਟਰੀ ਵਾਲਿਆਂ ਨੂੰ ਕਹਿੰਦੇ ਤੁਹਾਨੂੰ 5 ਰੁਪਏ ਬੱਤੀ ਦੇਵਾਂਗੇ, 5 ਰੁਪਏ ਬੱਤੀ ਤਾਂ ਨਹੀਂ ਮਿਲੀ, ਮਗਰ ਕੱਲ੍ਹ ਪਰਚੇ ਕਈ ਕਰਤੇ ਲੁਧਿਆਣੇ ਦੀ ਇੰਡਸਟਰੀ ਵਾਲਿਆਂ ਨੂੰ। ਸਰਦਾਰ ਸੁਖਬੀਰ ਸਿੰਘ ਜੀ, ਪ੍ਰਧਾਨ ਸਾਹਿਬ, ਤੁਸੀਂ ਤਾਂ ਅੰਮ੍ਰਿਤਸਰ ਫਿਰਦੇ ਸੀ, ਉਹ ਕੱਲ੍ਹ ਗਵਰਨਰ ਦੇ ਘਰ ਦੇ ਬਾਹਰ ਜਦੋਂ ਅਸੀਂ ਮੈਮੋਰੈਂਡਮ ਦੇਣ ਗਏ, 2-4 ਵੱਡੇ ਇੰਡਸਟਰੀ ਵਾਲੇ ਕੋਟ ਟਾਈ ਪਾ ਕੇ ਫਿਰਦੇ ਸਨ, ਮੈਂ ਕਿਹਾ ਤੁਸੀਂ ਇੱਥੇ ਕਿਵੇਂ ਆ ਗਏ? ਕਹਿੰਦੇ ਸਾਨੂੰ ਸੀ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੀ ਇੱਥੇ ਆਏ ਹੋਣਗੇ, ਅਸੀਂ ਤਾਂ ਇਹੀ ਬੇਨਤੀ ਕਰਨੀ ਸਾਡੀ ਜਾਨ ਛਡਾਓ, ਸਾਨੂੰ 5 ਰੁਪਏ ਬੱਤੀ ਤਾਂ ਕੀ ਮਿਲਣੀ ਸੀ, ਸਾਡੇ 'ਤੇ ਉਲਟਾ ਪਰਚਾ ਹੋ ਗਿਆ ਉੱਥੇ ਵੋਟਾਂ ਪਾਉਣ ਦਾ। ਕਹਿਣ ਦਾ ਭਾਵ ਕਿ ਤੁਸੀਂ ਹਰ ਵਰਗ ਨੂੰ, ਅੱਜ ਭਾਵੇਂ ਕੋਈ ਕਿਸਾਨ ਹੈ, ਭਾਵੇਂ ਕੋਈ ਮਜ਼ਦੂਰ ਹੈ, ਭਾਵੇਂ ਕੋਈ ਦਲਿਤ ਭਾਈਚਾਰਾ, ਬੈਕਵਰਡ ਭਾਈਚਾਰਾ, ਭਾਵੇਂ ਇੰਡਸਟਰੀ ਹੈ, ਭਾਵੇਂ ਵਪਾਰੀ ਹੈ, ਕਿਹਦੀਆਂ ਚੀਕਾਂ ਮੌਜੂਦਾ ਕਾਂਗਰਸ ਸਰਕਾਰ ਨੇ ਨਹੀਂ ਕਢਾ ਦਿੱਤੀਆਂ। ਅਤੇ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਸੀ, ਮੈਂ ਕਿਹਾ ਤੁਹਾਡੀ ਸਰਕਾਰ ਬਣੀ, 77 ਸੀਟਾਂ ਆਈਆਂ, ਲੋਕਾਂ ਨੇ ਚਾਹ ਵੀ ਪੂਰਾ ਕੀਤਾ ਤੁਹਾਡਾ, ਕਾਂਗਰਸ ਨੂੰ ਲੰਮੇ ਸਮੇਂ ਤੋਂ ਕਦੇ ਵਿਧਾਨ ਸਭਾ 'ਚ 77 ਸੀਟਾਂ ਨਹੀਂ ਆਈਆਂ। ਅਤੇ ਮੈਂ ਕਿਹਾ 77 ਸੀਟਾਂ ਜੇ ਆਈਆਂ ਨੇ, ਕਿੱਥੇ ਤੁਹਾਡੇ ਰੰਗ ਰੂਪ ਕਰਕੇ ਨਹੀਂ ਆ ਗਈਆਂ, ਜੋ ਲੋਕਾਂ ਨਾਲ ਕੀਤੇ ਤੁਹਾਡੇ ਵਾਅਦੇ ਸਨ ਕਿ ਸ਼ਾਇਦ ਪਹਿਲੀ ਵਾਰੀ ਹੋਇਆ ਇਤਿਹਾਸ 'ਚ ਕਿ ਘਰ ਘਰ ਜਾ ਕੇ ਫਾਰਮ ਭਰਾਏ ਗਏ, ਇਹ ਗੱਲ ਆਖੀ ਗਈ ਕਿ ਬਾਪੂ ਮਾਰ ਇੱਥੇ ਘੁੱਗੀ, ਥੱਲੇ ਵੱਜ ਗਈ ਹੈ ਕੈਪਟਨ ਦੀ ਘੁੱਗੀ, ਅਤੇ ਤੇਰਾ ਮੁੰਡਾ ਡਿਪਟੀ, ਤੇਰਾ ਨੈਬ ਤਹਿਸੀਲਦਾਰ, ਤੇਰਾ ਟੀਚਰ, ਤੇਰਾ ਕਾਂਸਟੇਬਲ। ਅਤੇ ਲੋਕਾਂ ਨੂੰ ਵੀ ਹੋ ਗਿਆ ਕਿ ਵਾਹ, ਇਹ ਤਾਂ ਵਾਕਈ ਨਜ਼ਾਰੇ ਵੱਜ ਗਏ, 10 ਸਾਲ ਬਾਦਲ ਸਾਹਿਬ ਨੇ ਜੋ ਦੇਣਾ ਸੀ ਦੇ ਤਾ, ਹੁਣ ਕੈਪਟਨ ਦੇ ਪੰਜੇ ਨੂੰ ਵੋਟਾਂ ਪਾ ਦਿਓ ਤਾਂ ਸ਼ਾਇਦ ਸਾਰੇ ਨਿਆਣੇ ਨੌਕਰੀ ਲੱਗ ਜਾਣਗੇ। ਨੌਕਰੀ ਤਾਂ ਕੀ ਲੱਗਣੇ ਸੀ? ਆ ਮੈਂ ਰੋਜ਼ ਅਖਬਾਰਾਂ 'ਚ ਪੜ੍ਹਦਾ, ਆ ਜਲੰਧਰ ਵਾਲੇ ਇੱਥੇ ਬੈਠੇ 2-3, ਆ ਟੀਨੂ ਜੀ ਵੀ ਬੈਠੇ, ਆ ਮੈਂ ਵੋਟੋ ਵੇਖ ਰਿਹਾ ਸੀ ਤੁਹਾਡੇ, ਉਹ 4 ਕਾਂਗਰਸੀ MLA ਦੀਆਂ ਜਿਹੜੇ ਕਾਰਪੋਰੇਸ਼ਨ ਦੇ ਦਫ਼ਤਰ ਗਏ
ਤੇ ਬਾਹਰ ਆ ਕੇ ਉੱਥੇ ਗੁੱਤਮ ਗੁੱਥੀ ਹੋ ਰਹੇ ਸੀ ਮੁਲਾਜ਼ਮਾਂ ਨਾਲ ਤੇ ਮੁਲਾਜ਼ਮ ਕਹਿੰਦੇ ਸਾਡੀ ਤਨਖਾਹ ਦੇ ਦੇਵੇ ਤੇ ਉਹ ਕਹਿੰਦੇ ਅੱਗਿਓਂ ਗਾਲਾਂ ਕੱਢਦੇ ਸਨ ਤੇ ਮੇਰੇ ਵੀਰੋ ਤੇ ਹੁਣ ਨੌਕਰੀ ਕਿੱਥੋਂ ਮਿਲ ਜਾਣੀ ਹੈ ਜਦੋਂ ਮੌਜੂਦਿਆਂ ਨੂੰ ਨਹੀਂ ਮਿਲ ਰਹੀ ਤਨਖਾਹਾਂ ਤੇ ਨਵਿਆਂ ਨੂੰ ਕਿੱਥੋਂ ਮਿਲ ਜਾਣੀ ਨੌਕਰੀ ਹਾਂ ਮਗਰ ਇਹਨਾਂ ਦਾ ਖਜ਼ਾਨਾ ਉਦੋਂ ਭਰ ਜਾਂਦਾ ਜਦੋਂ ਬੇਅੰਤ ਸਿੰਘ ਦੇ ਪੋਤਰੇ ਨੂੰ ਨੌਕਰੀ ਦੇਣੀ ਹੋਵੇ ਮੈਂ ਹੈਰਾਨ ਹੋ ਜਾਂਦਾ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਜਦ ਇਹ ਸਵਾਲ ਕੀਤਾ ਤੇ ਉਹਦਾ ਭਰਾ ਹੈਗਾ ਤਿੰਨ ਭਰਾ ਨੇ ਤੁਹਾਨੂੰ ਸ਼ਾਇਦ ਪਤਾ ਨਹੀਂ ਪਤਾ ਇਹ ਤੁਹਾਡੀ ਟਟੀਰੀ ਵਰਗੇ ਸੁਭਾਅ ਦੀ ਬੰਦੇ ਆ ਜਿਹੜਾ ਤੁਹਾਡਾ ਇੱਥੋਂ MLA ਬਣਿਆ ਗੁੱਸਾ ਨਾ ਕਰ ਦਿਓ ਮੈਂ ਤਾਂ ਕਈ ਵਾਰੀ ਸੋਚਦਾ ਹੁੰਦਾ ਕਿ ਪਤਾ ਨਹੀਂ ਤੁਸੀਂ ਕੀ ਇਹ ਜੀ ਗਲਤੀ ਕਰ ਜਾਂਦੇ ਹੋ ਵੈਸੇ ਇਹ ਰਲੇ ਮਿਲੇ ਸਾਰੇ ਆ ਇਹਨਾਂ ਦਾ ਸਭ ਦਾ ਇੱਕ ਟੀਚਾ ਹੁੰਦਾ ਕਿ ਬੀਬੀ ਜਗੀਰ ਕੌਰ ਨਹੀਂ ਕਾਮਯਾਬ ਹੋਣੀ ਚਾਹੀਦੀ ਨਹੀਂ ਤਾਂ ਬੀਬੀ ਜੀ 117 ਹਲਕਿਆਂ 'ਚੋਂ ਇੱਕੋ ਹੀ ਹਲਕਾ ਤੁਹਾਡਾ ਜ ਪਲੱਥ ਜਿੱਥੇ ਮਿੰਟ ਤੇ ਮਿੰਟ ਕਾਂਗਰਸ ਦਾ ਉਮੀਦਵਾਰ ਹੀ ਬਦਲਤਾ ਇਹ ਤੁਸੀਂ ਕੱਢ ਦਿਓ ਭੁਲੇਖੇ ਕਿ ਕਿੱਥੇ ਝਾੜੂ ਵਾਲੇ ਅਤੇ ਪੰਜੇ ਵਾਲੇ ਅੱਡ ਨੇ ਬਿਲਕੁਲ ਨਹੀਂ ਅੱਡ ਹੈ ਜੇ ਅੱਡ ਹੁੰਦੇ ਤਾਂ ਮੇਰੇ ਤਿੰਨ ਸਵਾਲਾਂ ਦਾ ਜਵਾਬ ਸੌਖਾ ਦੇ ਦਿਓ ਇਹ ਭਾਈ ਆ ਰਣਜੀਤ ਸਿੰਘ ਕਿਹਦਾ ਰਣਜੀਤ ਸਿੰਘ ਤੁਸੀਂ ਤਾਂ ਮੇਰੇ ਤੋਂ ਬਿਹਤਰ ਜਾਣਦੇ ਹੋ ਮੇਰੇ ਹਲਕੇ ਨਾਲ ਤਾਂ ਸੰਬੰਧਿਤ ਨੇ ਮਗਰ ਤੁਹਾਡੇ ਹਲਕੇ ਵਾਲੇ MLA ਦਾ ਭਾਈ ਆ ਜਸਟਿਸ ਰਣਜੀਤ ਸਿੰਘ ਤੇ ਰਣਜੀਤ ਸਿੰਘ ਰੰਧਾਵਾ ਤੇ ਲੱਗਿਆ ਕਿਹਦੀ ਸਰਕਾਰ 'ਚ ਕਮਿਸ਼ਨ ਦਾ ਚੇਅਰਮੈਨ ਆ ਕਾਂਗਰਸ ਦੀ ਸਰਕਾਰ ਦਾ ਕਿੱਥੇ ਲੱਗ ਸਕਦਾ ਸੀ ਜੇ ਕੋਈ ਮਾੜਾ ਮੋਟਾ ਪਿਆਰ ਨਾ ਹੁੰਦਾ ਤੇ ਬੀਬੀ ਜੀ ਕਾਂਗਰਸ ਦਾ ਉਮੀਦਵਾਰ ਤਾਂ ਤੁਹਾਡੇ ਖਿਲਾਫ਼ ਤਾਂ ਚੰਗਾ ਦੇਣਾ ਸੀ ਨਾ ਜੇ ਆਪਸ 'ਚ ਗੱਲਬਾਤ ਨਾ ਮੁੱਕੀ ਹੁੰਦੀ ਪਤਾ ਸੀ ਜੇ ਚੱਜ ਦਾ ਕਾਂਗਰਸੀ ਆ ਗਿਆ ਤੇ ਬੀਬੀ ਜਗੀਰ ਕੌਰ ਨੇ ਜਿੱਤ ਜਾਣਾ ਇਸ ਲਈ ਕਾਂਗਰਸੀ ਕੈਂਡੀਡੇਟ ਦਿੱਤਾ ਹੀ ਇਹੋ ਜਿਹਾ ਜਿਹਨੂੰ ਮੈਨੂੰ ਲੱਗਦਾ 5000 ਵੋਟ ਪਈ ਜਿਹੜੇ ਭੁਲੇਖੇ ਨਾਲ ਹੀ ਪੰਜੇ ਨੂੰ ਵੋਟ ਨੱਪੀ ਆਏ ਉਹ ਵੋਟ ਪੈ ਗਈ 5000 ਤਾਂ ਮੈਨੂੰ ਲੱਗਦਾ ਆਜ਼ਾਦ ਕੋਈ ਖਲੋਤਾ ਹੁੰਦਾ ਉਹਨੇ ਲੈ ਜਾਣੀ ਸੀ ਫਿਰ ਤੀਜੀ ਗੱਲ ਵੇਖ ਲਓ ਵੋਟਾਂ ਦਿੱਲੀ ਇਹ ਰਾਸ਼ਟਰਪਤੀ ਦੀ ਚੋਣ ਹੋਵੇ ਕਾਂਗਰਸ ਤੇ ਝਾੜੂ ਵਾਲਿਆਂ ਦਾ ਕੈਂਡੀਡੇਟ ਇੱਕ ਦਿੱਲੀ ਸਰਕਾਰ ਬਣਾਉਣੀ ਹੋਵੇ ਝਾੜੂ ਵਾਲਿਆਂ ਦੇ ਕਾਂਗਰਸ ਦੀ ਸਰਕਾਰ ਰਲ ਕੇ ਬਣਦੀ ਹੋਵੇ ਦਿੱਲੀ ਰਾਸ਼ਟਰਪਤੀ ਨੂੰ ਕੋਈ ਮੈਮੋਰੈਂਡਮ ਦੇਣ ਜਾਣਾ ਹੋਵੇ ਤੇ ਝਾੜੂ ਵਾਲਾ ਤੇ ਪੰਜੇ ਵਾਲੇ ਇਕੱਠੇ ਜਾ ਕੇ ਮੈਮੋਰੈਂਡਮ ਦਿੰਦੇ ਆ ਮੈਂ ਨਹੀਂ ਕਹਿੰਦਾ ਸਤਿਕਾਰਯੋਗ ਨੇ ਸਭ ਦੀਆਂ ਮਾਵਾਂ ਮਗਰ ਜਦੋਂ ਉੱਥੇ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਜੀ ਦਾ ਭੋਗ ਸੀ ਉੱਥੇ ਕਈਆਂ ਨੇ ਸ਼ਰਧਾਂਜਲੀਆਂ ਦਿੱਤੀਆਂ ਤੇ ਮੇਰੇ ਨਾਲ ਇੱਕ ਲੀਡਰ ਵੱਡਾ ਬੈਠਿਆ ਸੀ ਮੈਂ ਉਹਦਾ ਨਾਂ ਨਹੀਂ ਲੈਣਾ ਕਿਉਂਕਿ ਚਾਹੋਂਗੇ ਤਾਂ ਲੈ ਵੀ ਸਕਦਾ ਮਗਰ ਫਾਇਦਾ ਕੋਈ ਨਹੀਂ ਇੱਕ ਨਵਾਂ ਰੌਲਾ ਪੈ ਜਾਣਾ ਤੇ ਫਿਰ ਕਹਿਣਾ ਮਜੀਠੀਏ ਨੇ ਸਾਡਾ ਰੌਲਾ ਪਵਾਤਾ ਉਹਨਾਂ ਦੀ ਪਾਰਟੀ ਦਾ ਇੱਕ ਲੀਡਰ ਉਹ ਵੇਖੇ ਖਹਿਰਾ ਸਾਹਿਬ ਦੇ ਪੜੁੱਲ ਤੇ ਪੜੁੱਲ ਬੰਨੀ ਜਾਣ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਦੀ ਤੇ ਉਹ ਥੱਲੇ ਬੈਠਿਆ ਉਹ ਜਿਹੜਾ ਦੂਜਾ ਸੀ ਉਹ ਵੇਖੀ ਜਾਵੇ ਕੀ ਕਰੀ ਕੀ ਜਾਂਦਾ ਤੇ ਇੱਕ ਨੇ ਤਾਂ ਮੈਨੂੰ ਸਵਾਲ ਹੀ ਕਰ ਲਿਆ ਤੁਹਾਡੇ ਦੋ ਤਿੰਨ ਬੰਦੇ ਬੈਠੇ ਸੀ ਆ ਜ਼ਿਲ੍ਹੇ ਨਾਲ ਸੰਬੰਧਿਤ ਇਹ ਕਹਿੰਦਾ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਕਿ ਸੁਖਜਿੰਦਰ ਸਿੰਘ ਰੰਧਾਵੇ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਕਰ ਕੀ ਰਿਹਾ ਇਹ ਲੋਕਾਂ ਨੂੰ ਸਮਝ ਨਹੀਂ ਆਉਂਦੀ ਸੀ ਵਿੱਚੇ ਕੈਪਟਨ ਦੀ ਸਿਫਤਾਂ ਵਿੱਚੇ ਕੈਪਟਨ ਤੋਂ ਵੱਡਾ ਪਾਣੀਆਂ ਦਾ ਰਾਖਾ ਕੋਈ ਨਹੀਂ ਕੈਪਟਨ ਅਮਰਿੰਦਰ ਸਿੰਘ ਤੋਂ ਚੰਗਾ ਬੰਦਾ ਕੋਈ ਨਹੀਂ ਤੇ ਕੈਪਟਨ ਅਮਰਿੰਦਰ ਸਿੰਘ ਤੇ ਸੁਖਜਿੰਦਰ ਸਿੰਘ ਰੰਧਾਵੇ ਭਰਾ ਸੀ ਤੇ ਕਰਦੇ ਕਰਦੇ ਸਿਫਤਾਂ ਪਤਾ ਨਹੀਂ ਕਿੱਥੇ ਪਹੁੰਚ ਗਿਆ ਜਦੋਂ ਥੱਲੇ ਲੀਡਰ ਦੋ ਤਿੰਨ ਹੱਸਣ ਲੱਗ ਪਏ ਤੇ ਫਿਰ ਉਹਨੂੰ ਹੋ ਗਿਆ ਕਿ ਕਿੱਥੇ ਮੈਂ ਜ਼ਿਆਦਾ ਹੀ ਕੰਮ ਨੱਪਤਾ ਕਿੱਲੀ ਫਿਰ ਮੁੜ ਆਇਆ ਵਾਪਸ ਮੇਰੇ ਵੀਰੋ ਕਹਿਣ ਦਾ ਭਾਵ ਕਿ ਇਹ ਜਿਹਾ ਲੀਡਰ ਹੈ ਉਹਦੇ ਬਾਰੇ ਤਾਂ ਜਿੰਨੀ ਘੱਟ ਗੱਲ ਕਰੀਏ ਉਨੀ ਚੰਗੀ ਆਤ ਹੈ ਕਿ ਸਾਰਿਆਂ 'ਤੇ ਇਲਜ਼ਾਮ ਲਾ ਦੇਣੇ ਸਭ ਨੂੰ ਮਾੜਾ ਕਹਿ ਦੇਣਾ ਅਤੇ ਜਦੋਂ ਕੋਰਟ ਨੇ ਉਹਨੂੰ ਮੁਜਰਮ ਬਣਾ ਤਾ ਡਰੱਗ ਦੇ ਕੇਸ 'ਚ ਮੁਜਰਮ ਬਣ ਗਿਆ ਅਤੇ ਫਿਰ ਕਹਿੰਦਾ ਕੈਪਟਨ ਨੇ ਮੈਨੂੰ ਫਸਾ ਤਾ ਕਿਉਂ ਕੈਪਟਨ ਉੱਥੇ ਲੱਗਿਆ ਸੀ ਜੱਜ ਜੇ ਹਾਈ ਕੋਰਟ ਨੇ ਮੁੜ ਕੇ ਮੋਹਰ ਲਾ ਦਿੱਤੀ ਅਤੇ ਕਹਿੰਦਾ ਸਾਰੀ ਕਾਂਗਰਸ ਮੇਰੇ ਉਲਟ ਹੋ ਗਈ ਅਤੇ ਅੱਜ ਮੈਂ 4 ਦਿਨ ਪਹਿਲਾਂ ਫਿਰ ਵੇਖ ਰਿਹਾ ਸੀਗਾ ਦੋਵੇਂ ਮੀਟਿੰਗਾਂ ਇਕੱਠੀਆਂ ਕਰਦੇ ਸਨ ਪਤਾ ਨਹੀਂ ਕਿਹੜੀਆਂ ਪੋਸਟਾਂ ਦੀਆਂ ਇਸ ਲਈ ਮੇਰੇ ਵੀਰੋ ਇਹੋ ਜਿਹੇ ਭੁਲੇਖੇ ਇਹੋ ਜਿਹੀਆਂ ਗੱਲਾਂ ਤੁਹਾਡੇ ਹਲਕੇ 'ਚ ਇਕੱਲੇ ਚੱਲਦੀਆਂ ਨੇ ਕਿ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਜਾਲ ਬੁਣ ਕੇ ਆ ਬੀਬੀ ਜਗੀਰ ਕੌਰ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਨਹੀਂ ਕਾਮਯਾਬ ਹੋਣਾ ਚਾਹੀਦਾ ਹੋਰ ਜੋ ਮਰਜ਼ੀ ਇੱਥੋਂ ਕਾਮਯਾਬ ਹੋ ਕੇ ਆ ਜਾਏ ਕਿਉਂਕਿ ਪਤਾ ਕਿ ਇੱਥੋਂ ਬੁਲੰਦ ਆਵਾਜ਼ ਜੇ ਜਾਊ ਵਿਧਾਨ ਸਭਾ 'ਚ ਤੇ ਤੁਹਾਡੇ ਵੀ ਤਗੜੇ ਹੋ ਕੇ ਚੌਕੀਦਾਰਾਂ ਕਰਨਗੇ ਤੁਹਾਡੀ ਆਵਾਜ਼ ਵੀ ਵਿਧਾਨ ਸਭਾ 'ਚ ਤਗੜੇ ਹੋ ਕੇ ਰੱਖਣਗੇ ਚਲੋ
ਇਹ ਸਮਾਂ ਤਾਂ ਬੀਤ ਗਿਆ ਕਿ ਸਮਾਂ ਕਿਹੜਾ ਨਹੀਂ ਆਉਣਾ ਤੇ ਹੁਣ ਗੱਲ ਚੰਗੀ ਹੈ ਕਿ ਦੋ ਚੰਗੇ ਸਿੰਘ ਫਸੇ ਇੱਥੇ ਵੀ ਬੀਬੀ ਜੀ ਤੁਸੀਂ ਨਾ ਬਾਲਾ ਫਿਕਰ ਕਰੋ ਉਹ ਮੈਨੂੰ ਪਤਾ ਲੱਗਿਆ ਜਿਹੜਾ ਸਾਡੇ ਮਾਝੀਓਂ ਲੜਿਆ ਸੀ ਸਿੱਕੀ ਤੇ ਰਾਣਾ ਗੁਰਜੀਤ ਤੇ ਰਲ ਮਿਲ ਕੇ ਇਹਨਾਂ ਦਾ ਧਿਆਨ ਹੁਣ ਇੱਥੇ ਹੋਇਆ ਇਹਨਾਂ ਸਕੀਮਾਂ ਜਿੰਨੀਆਂ ਮਰਜ਼ੀ ਕਾਂਗਰਸੀ ਵੱਡੇ ਲੜਾਈ ਜਾਣ ਮਗਰ ਇਹ ਜਿਹੜਾ ਥੱਲੇ ਜਿਹੜੀ ਲੜਾਈ ਹੈ ਇਹਦਾ ਫਾਇਦਾ ਤੁਹਾਨੂੰ ਹੀ ਹੋਣਾ ਆਉਣ ਵਾਲੇ ਸਮੇਂ 'ਚ ਇਸ ਲਈ ਜਿਹੜੇ ਕਾਊਂਸਲਰਾਂ ਦੀ ਮੈਨੂੰ ਪਤਾ ਇਲੈਕਸ਼ਨ ਤੁਸੀਂ ਪਲੱਤ ਦੀ ਇੱਕ ਹੋਰ ਜਿੱਤ ਜਾਣੀ ਸੀ ਕਮੇਟੀ ਤੁਹਾਡੇ ਕੁਛ ਮੈਂਬਰ ਚੁੱਕ ਕੇ ਲੈ ਗਏ ਬਾਲਾ ਦਿਲ ਨੂੰ ਨਾ ਲਾਇਓ ਰਿਜ਼ਲਟ ਇਹਦਾ ਤੁਹਾਡੇ ਭਲੇ ਦਾ ਹੀ ਕੰਮ ਕਰਦੇ ਆ ਜਿਨ੍ਹਾਂ ਨੂੰ ਕੱਲ੍ਹ ਲੁਧਿਆਣੇ ਵੀ ਕੁੱਟ ਪਈ ਹੈ ਉਹਨਾਂ ਨੇ ਹੁਣ ਰਵਨੀਤ ਬਿੱਟੂ ਨੂੰ ਵੋਟਾਂ ਪਾ ਦੇਣੀਆਂ ਉਹਨਾਂ ਨੇ ਕਾਂਗਰਸ ਦੀ ਸਰਕਾਰ ਨੂੰ ਵੋਟਾਂ ਪਾ ਦੇਣੀਆਂ ਇਸ ਲਈ ਮੇਰੇ ਵੀਰੋ ਇਹ ਅਸੀਂ ਕੱਲ੍ਹ ਵੀ ਗਵਰਨਰ ਸਾਹਿਬ ਕੋਲ ਇਹੀ ਗੱਲ ਕਰਕੇ ਆਏ ਹਾਂ ਕਿ ਕਾਰਪੋਰੇਸ਼ਨ ਕਾਊਂਸਲ ਦੀਆਂ ਚੋਣਾਂ 'ਚ ਹੋ ਗਿਆ ਗਾਂ ਪੰਚਾਇਤਾਂ ਆਈਆਂ ਖੜੀਆਂ ਨੇ ਗਾਂ ਜ਼ਿਲ੍ਹਾ ਪਰਿਸ਼ਦ ਬਲਾਕ ਸਮਿਤੀ ਆਈ ਖੜੀ ਹੈ ਜੇ ਇਹ ਜੀ ਨੇਰਗਰਦੀ ਹੋਈ ਪੇਂਡੂ ਲੋਕ ਬਰਦਾਸ਼ਤ ਨਹੀਂ ਕਰਨਗੇ ਇਸ ਕਾਂਗਰਸ ਸਰਕਾਰ ਨੂੰ ਜਾਂ ਤਾਂ ਕਮਿਸ਼ਨ ਨੂੰ ਠੀਕ ਕਰਕੇ ਕਾਰਵਾਈ ਕਰਨ ਇਲੈਕਸ਼ਨ ਕਰਾਉਣ ਨਹੀਂ ਤਾਂ ਖੂਨ ਖਰਾਬਾ ਅਤੇ ਉਹਦੇ ਜ਼ਿੰਮੇਵਾਰ ਕੋਈ ਹੋਰ ਨਹੀਂ ਮੌਜੂਦਾ ਕਾਂਗਰਸ ਸਰਕਾਰ ਹੋਊਗੀ ਚਲੋ ਮੈਂ ਇਸ ਗੱਲ 'ਚੋਂ ਵੀ ਛੱਡਦਾ ਮੇਰੇ ਵੀਰੋ ਅੱਜ ਹਾਲਾਤ ਕੀ ਬਣੇ ਆ ਇੱਕ ਪਤਾ ਨਹੀਂ ਤੁਹਾਡੇ ਦੁਆਬੇ ਵਾਲਿਆਂ ਨੂੰ ਤਾਂ ਸ਼ੌਕ ਗੁੱਸਾ ਨਾ ਕਰ ਜਿਓ ਮੇਰੀ ਗੱਲ ਦਾ ਮੈਂ ਸਿਆਣੇ ਬੰਦੇ ਵੀ ਬੜੇ ਆਏ ਆ ਮਗਰ ਮੈਂ ਵੇਖਦਾ ਹੁੰਦਾ ਕਿ ਜਿਹੜਾ ਬਾਲਾ ਦਾ ਸਟਾਈਲ ਦੁਆਬੇ 'ਚ ਵੇਖਣ ਨੂੰ ਮਿਲ ਜਾਂਦਾ ਉਹ ਸਾਨੂੰ ਹੋਰ ਕਿਸੇ ਜ਼ਿਲ੍ਹੇ 'ਚ ਨਹੀਂ ਵੇਖਣ ਨੂੰ ਮਿਲਦਾ ਇੱਕ ਦਿਨ ਮੈਂ ਲੰਘੀ ਜਾਂਦਾ ਸੀਗਾ ਕਿਸੇ ਗੱਡੀ 'ਚ ਅਸੀਂ ਹੌਲੀ ਹੋ ਗਏ ਕਿ ਅੱਗੇ ਉੱਥੇ ਜਾਮ ਜਿਹਾ ਲੱਗਿਆ ਸੀ ਅਤੇ ਮੇਰੇ ਨਾਲ ਹੀ ਚਾਰ ਪੰਜ ਮੁੰਡੇ ਇੱਥੇ ਇੱਕ ਉਹ ਸਲੂਨ ਜੇ ਤੋਂ ਜਿੱਥੇ ਬਾਲ ਬੂਲ ਜੇ ਸੈੱਟ ਕਰੀਦੇ ਨੇ ਨਿਕਲੇ ਅਤੇ ਪੰਜ ਛੇ ਆਏ ਛੇ ਸੱਤਾਂ ਦੇ ਬਾਲ ਇਸ ਤਰ੍ਹਾਂ ਖਲੋਤੇ ਅਤੇ ਮੈਂ ਬੜਾ ਕੰਮ ਕਰਕੇ ਆਏ ਹਾਂ ਅਤੇ ਮੈਂ ਵੀ ਹੱਸ ਪਿਆ ਉਹ ਮੈਨੂੰ ਵੇਖ ਕੇ ਵੀ ਹੱਸ ਪਏ ਕਿ ਉਹ ਸਮਝ ਗਏ ਕਿ ਮੈਂ ਕਿਹੜੀ ਗੱਲ ਦਾ ਇਸ਼ਾਰਾ ਕਰਦਾ ਉਹ ਮੇਰੀ ਗੱਲ ਨੂੰ ਸਮਝ ਗਏ ਅਤੇ ਮੈਂ ਹਿਸਾਬ ਲਾਉਂਦਾ ਸੀ ਉਸੇ ਤਰ੍ਹਾਂ ਮੈਨੂੰ ਇੱਕ ਬਠਿੰਡੇ ਤੋਂ ਬੰਦਾ ਮਿਲ ਗਿਆ ਮੈਂ ਕਿਹਾ ਬਠਿੰਡੇ ਵਾਲਿਓ ਕੀ ਹਾਲ ਹੈ ਤੁਹਾਡੇ ਤਾਂ ਦਸੇ ਉਂਗਲਾਂ ਘਿਓ 'ਚ ਰਹਿੰਦੀ ਹੈ ਕਹਿੰਦੇ ਕਿਵੇਂ ਮੈਂ ਕਿਹਾ ਪਹਿਲਾਂ ਬਾਦਲ ਸਾਹਿਬ ਦੀ ਸਰਕਾਰ 'ਚ ਮੁੱਖ ਮੰਤਰੀ ਸਨ ਕਿਸੇ ਚੀਜ਼ ਦੀ ਕਮੀ ਪੇਸ਼ੀ ਨਹੀਂ ਰਹਿੰਦੇ ਸੀ ਰਹਿਣ ਦਿੰਦੇ ਸੀ ਅਤੇ ਹੁਣ ਮਨਪ੍ਰੀਤ ਸਿੰਘ ਬਾਦਲ ਇਕੱਲਾ ਹੀ ਖਜ਼ਾਨਾ ਮੰਤਰੀ ਜਿਹੜਾ ਪੰਜਾਬ ਦਾ ਉਹ ਫਿਰ ਬਠਿੰਡੇ ਤੋਂ ਬਣ ਗਿਆ ਕਹਿੰਦਾ ਤੁਸੀਂ ਗੁੱਸਾ ਨਾ ਕਰ ਜਿਓ ਪੰਜਾਬ 'ਚ ਤਾਂ ਜੋ ਜੋ ਹਨੀ ਸਿੰਘ ਹੁੰਦੀ ਹੈ ਸਾਡੇ ਇੱਥੇ ਜੋ ਜੋ ਮਨੀ ਸਿੰਘ ਹੁੰਦੀ ਹੈ ਕਿੱਥੇ ਸਮਝੇ ਨਹੀਂ ਹੋਣੇ ਕੀ ਗੱਲ ਹੋਈ ਉਹਦਾ ਜਿਹੜਾ ਰਿਸ਼ਤੇਦਾਰ ਹੈ ਨਜ਼ਦੀਕੀ ਉਹਦਾ ਨਾਂ ਜੋਜੋ ਹੈ ਕਹਿੰਦਾ ਲੋਕ ਤਾਂ ਜੋ ਜੋ ਹਨੀ ਸਿੰਘ ਕਰਦੇ ਸਾਨੂੰ ਜੀ ਐਸ ਟੀ ਅਤੇ ਜੇ ਐਸ ਟੀ ਦੋਨੇ ਭਰਨੀਆਂ ਪੈ ਜਾਂਦੀਆਂ ਸਾਡੇ 'ਤੇ ਡਬਲ ਮਾਰ ਵਿਜਦੀ ਹੈ ਇੱਥੋਂ ਦਾ ਖਜ਼ਾਨਾ ਮੰਤਰੀ ਹੈ ਹਾਲਾਤ ਇਹ ਬਣ ਗਏ ਹੈ ਕਿ ਵੱਡੀ ਵੱਡੀ ਰਿਫਾਇਨਰੀ ਦੇ ਪ੍ਰੋਜੈਕਟ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਲੈ ਕੇ ਆਏ ਅੱਜ ਮੈਂ ਬਾਦਲ ਸਾਹਿਬ ਤੁਹਾਨੂੰ ਕਿਉਂਕਿ ਆਪਾਂ ਕਪੂਰਥਲੇ ਜ਼ਿਲ੍ਹੇ 'ਚ ਮੈਂ ਫੇਰ ਕਹਿ ਕੇ ਚੱਲਿਆ ਆ ਆਈ ਟੀ ਸੀ ਦਾ ਸਭ ਤੋਂ ਵੱਡਾ ਫੂਡ ਪ੍ਰੋਸੈਸਿੰਗ ਦਾ ਯੂਨਿਟ ਆਈ ਟੀ ਸੀ ਦਾ ਤੁਸੀਂ ਕਪੂਰਥਲੇ ਮਨਜ਼ੂਰ ਕਰਾਇਆ ਬੜੀ ਛੇਤੀ ਉਹ ਯੂਨਿਟ ਚੱਲ ਪੈਣਾ ਮਗਰ ਜੇ ਉੱਥੇ ਵੀ ਧਿਆਨ ਨਾ ਕੀਤਾ ਆਹੀ ਬਦਮਾਸ਼ੀ ਆਹੀ ਗੁੰਡਾਗਰਦੀ ਆਹੀ ਜੇ ਐਸ ਟੀ ਉੱਥੇ ਵੀ ਲੱਗੂਗਾ ਅਤੇ ਇਹ ਦਿਨ ਦੂਰ ਨਹੀਂ ਕਿ ਜਿੰਨੀ ਇੰਡਸਟਰੀ ਵੱਡੀ ਤੁਸੀਂ ਲੈ ਕੇ ਆਏ ਹੋ ਹੌਲੀ ਹੌਲੀ ਉਹ ਮਜਬੂਰ ਹੋ ਕੇ ਅੱਜ ਸਾਰੇ ਪੰਜਾਬ ਨੂੰ ਛੱਡਣ ਲਈ ਮਜਬੂਰ ਹੋ ਜਾਣਗੇ ਇਸ ਲਈ ਮੈਂ ਜਿੱਥੇ ਲੀਡਰਸ਼ਿਪ ਨੂੰ ਵੀ ਬੇਨਤੀ ਕਰਦਾ ਕਿ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਓ ਕਿ ਇਹ ਜੇ ਹਾਲਾਤ ਬਣ ਗਏ ਆ ਬਾਦਲ ਸਾਹਿਬ ਤੁਸੀਂ 24 ਘੰਟੇ 32 ਕਲਾਈ ਅਤੇ ਕਾਂਗਰਸੀਆਂ ਨੇ ਕੀ ਕੀਤਾ 32 ਵਾਲੇ ਇਕੱਲੇ ਕਲਾ ਤੇ 32 ਤਾਂ ਹੁਣ ਆਉਂਦੀ ਘੱਟ ਆਉਂਦੀ ਹੈ ਮੈਨੂੰ ਪਤਾ ਲੱਗਿਆ ਕੱਟ ਕੁੱਟ ਵਾਹਵਾ ਲੱਗਣ ਲੱਗ ਪਏ ਆ ਤੁਸੀਂ ਤਾਂ ਜੇ ਕੋਈ ਕੁੰਡੀ ਲਾਉਂਦਾ ਸੀ ਚਲੋ ਕਿਸਾਨ ਲੋੜਵੰਦ ਹੈ ਦਲਿਤ ਲੋੜਵੰਦ ਹੈ ਬਾਦਲ ਸਾਹਿਬ ਕਹਿੰਦੇ ਸੀ ਯਾਰ ਜਾਓ ਜ਼ਿਆਦਾ ਪਰੇਸ਼ਾਨ ਨਾ ਕਰਿਆ ਕਰੋ ਸੱਜੇ ਖੱਬੇ ਵੇਖ ਕੇ ਲੰਘ ਜਾਇਆ ਕਰੋ ਅਤੇ ਹੁਣ ਮੈਨੂੰ ਪਤਾ ਲੱਗਿਆ ਮੇਰੇ ਕੋਲ ਤਾਂ ਰੋਜ਼ ਕੋਈ ਨਾ ਕੋਈ ਤੁਰਿਆ ਹੁੰਦਾ ਮਜੀਠਾ ਸਾਹਿਬ ਚੀਫ ਇੰਜੀਨੀਅਰ ਨੂੰ ਫੋਨ ਕਰਿਓ ਮੈਂ ਕਿਹਾ ਕਾਹਦੇ ਲਈ ਕਹਿੰਦਾ ਲੱਖ ਦਾ ਜੁਰਮਾਨਾ ਹੋ ਗਿਆ ਕੋਈ ਕਹਿੰਦਾ 50,000 ਦਾ ਜੁਰਮਾਨਾ ਹੋ ਗਿਆ ਇਕੱਲਾ ਇਹਨਾਂ ਨੂੰ ਨਹੀਂ ਹੋਇਆ ਜਿਹੜਿਆਂ ਨੂੰ ਨਹੀਂ ਹੋਇਆ ਨਾ ਜੁਰਮਾਨਾ ਉਹ ਇੱਥੇ ਖੁਸ਼ੀ ਖੁਸ਼ੀ ਨਾ ਬੈਠੇ ਤੁਹਾਡੇ ਜੁਰਮਾਨੇ ਦੀ ਦਾਸਤਾਂ ਮੈਂ ਦੱਸ ਦਿੰਦਾ 2500 ਕਰੋੜ ਰੁਪਈਆ ਆ ਤੁਹਾਡੀਆਂ ਜੇਬਾਂ 'ਚੋਂ ਨਿਕਲ ਕੇ ਜਾਣਾ ਬਿਜਲੀ ਬੋਰਡ ਨੂੰ ਪਹਿਲੀ ਵਾਰੀ ਇਸ ਤਰੀਕੇ ਦਾ ਤਾਣਾਸ਼ਾਹੀ ਫੈਸਲਾ ਹੋਇਆ ਕਿ ਦਸੰਬਰ ਮਹੀਨੇ 'ਚ ਰੇਟ 32 ਦੇ ਵਧਾਏ ਗਏ
15% बत्ती दे रेट बढ़ाते हैं थोड़े कराती बत्ती दी पहली बारी 60 साल दे इतिहास चे हो रहा है कि फिक्स चार्ज लाते हैं कि पामे बत्ती वर्तो ना वर्तो थोड़ू पक्का बेल ओना ही ओना है ते तुसी हैरान हो जाओगे होना आप दे बेल देखियो जाके पिछले 10 महीने दे बढ़ा के बत्ती दे बेल अगले जेड़ा हुण 6 महीने साल है एदे च वधे रेटा ते पिछले 10 महीने दी भी वसूली करनी है ते फिक्स चार्ज भी लाता 2500 करोड़ रुपया थोड़े घरां दी बत्ती दे बधाए होए रेट ने सरकार ने कढ के लै जाने ते थोनू कुछ देन दी वारी आउंदी है ते खजाना खाली ओ बिट्टू अजे आ एससी ते बैकवर्ड भाईचारे नू बादल साहब ने 200-200 यूनिट माफ कीते सन मौजूदा कांग्रेस का फैसला जिथे बैकवर्ड क्लास की माफी वापस ले ली है उत्थे ये करता कि जे एससी भाईचारा 3000 यूनिट तो वध वरतू फिर उन्हू वधे होए वरतो जिहड़ी यूनिट से वरतो करूगा उहदे ते नहीं सारे 3000 ते सने जिहड़ी वध बत्ती वरतदा उहदे ते पूरा रेट बत्ती का लगूगा। मैं हैरान हो जाना कि एससी भाईचारे की स्कॉलरशिप बंद पेंशन बंद शगन स्कीम बंद कई ने तो कहा कि आटे दाल बापू बादल तो आटा दाल दिंदा सी पा दियो वोट पंजे नू ते क्यों खंड ते चाह पत्ती आऊ मैनू लगता पहले वाला आटा भी जाता रहा ते हालात यह जे बन गए आ नौजवानों भी कहा भर दो फार्म कैप्टन अमरिंदर सिंह की सरकार आ गई है घर घर नौकरी तो एक एक मोबाइल यह जा मिलू तो मैनू लगता बापू आपदे बापू का दिता है मोबाइल सामभ लो कि वह भी न जाता रहे जे इस तरीके इतने रेट बढ़ते हैं हालात बनते जा रहे हैं नौकरी कढ़ते थर्मल आले कढ़ते दूजे महकमे चो कढ़ते तो जे कोई नौकरी मंगन जाता है मौजूदियां नू तां तनखाह नहीं जलंधर मिल रही तो नवें नू की नौकरी देनी है रिफाइनरी बंद होने किनारे आई है नवे कोई इंडस्ट्री इत्थे आके राजी नहीं 24 घंटे जिहड़ी बत्ती की सप्लाई सी अज उहदी जगह जुर्माना ही वजदा है बत्ती आवे ना आवे मगर बिल पूरा आउंदा मेरे वीरो इन्हां हालातों च मैं तां इक्को बेनती करदा कि आ हालात किसानां दे वेख लो की कीते कि जिन्ने दिन सरकार दे पूरे नहीं होए उन्ने किसान खुदकुशी कर गए आ अज मैं पढ़ रहा सां कि तुसी हैरान होंगे कि जे एक किसान गिद्दड़वे दा वह बेचारे नू मरे नू साल हो गया सी उहदा भी परचे च नौ देता कि इन्हें धरना मारिया सी जदों किसान जथेबंदियां ने रौला पाया तो फिर मेरे वीरों जाके परचा कैंसल किया कहण दा भाव किसानी करजा तो की माफ करना सी अज मरे हुए किसानां ते भी परचे होण लग पे आ हालात बन गए रोज किसान खुदकुशी वध रही है पल ग्रुप का 45,000 करोड़ का MD ठगी मार गया उहदा करजा माफ हो गया ते एक बुद्ध सिंह किसान सी जोश जी आयो माड़ा जिहा इत्थे जदों कैप्टन ने आपदी शुरू की ना मुहिम कि करजा कुरकी खत्म फसल की पूरी रकम एक बुद्ध सिंह किसान किसान है कोटली सूरत मलिया मैं पिंड भी दस रहा नौ भी दस रहा उहदे नाल कैप्टन ने इस तरह फोटो खिचाई तो सारा टब्बर खुशी नाल झूम उठा कि बन जानी कैप्टन की सरकार साडा करजा तो पहली सटे माफ हो क्योंकि मुख्यमंत्री नाल फोटो लत गई उहदा भी एक दिन बयान आया सी अंग्रेजी अखबार ट्रिब्यून च कि बाकियां दे करजियां दा तां पता नहीं मेरे तां आपदा नहीं माफ होया हले तक हालात यह बन गए कि किसी बुद्ध सिंह वर्गे किसान भी वेखते फिरते हैं तो कई किसान है जिन्हों का मैं नौ दसन लग्या जिन्हों का हरमिंदर सिंह 107 रुपये माफ हो गए उहदे एक बलविंदर सिंह खेड़े सुल्तान सिंह पिंड का उहदे 6 रुपये माफ हो गए मेरे वीरो इन्हां हालातों च अज रोज किसान जथेबंदियां एवें सड़कां नहीं जाम कर दियां फिरदियां मेरा कहण दा भाव कि नौकरी जीरो बेरोजगारी भत्ता क्या सी 2500 देवांगे जीरो जे कहिंदे सन किसानी करजा माफ हो 90,000 करोड़ का दलतां का करजा माफ हो अज करजा वधाता माफी कोई नहीं मिली इसलिए मैं तो अज बेनती करदा कि ये पोल खोल रैली कला रैलियां तक सीमित ना रह जाए
जे तुसी पंजाब दे लोका ने हमेशा हक्का दी लड़ाई लड़ी है, इंसाफ दी लड़ाई लड़ी है, ते जे सड़का ते उतरना पाऊगा ते रौला पाउना पाऊगा कि साडा हक इत्थे रख, ते फिर किसे दलित दी, फिर किसे किसान दी, फिर किसे बेरोजगार दी कोई आवाज तो सुनी जाऊगी। नहीं तो ये बंटी ते बबली ने नाले थोड़े वेले तक कर्जे के अपने खजाने खाली हो जाने हैं, मगर करोड़ करोड़ रुपया दफ्तर दे जे खर्च करना होवे, बेअंत सिंह दे पोतरे नू कातिया कांड वाले नू जे नौकरी देनी होवे, तद इन्हां दे खजाने भी भर जांदे आ, ते जदों कहे लोड़वंद दी वारी आउंदी है ते खजाने खाली भी हो जांदे। इसलिए इन्हां हालातां च जिथे मैं फिर बीबी जगीर कौर जी नू अज दे इस ठाठा मार दे कठ दी वधाई दिना, उत्थे इक अखीरली बेनती करके चले आ कि सरदार सुखबीर सिंह जी बादल ने गल आखी सी, बादल साहब तुसी कल जद उत्थे सफाई कर रहे सी विरासते मार्ग दा, ते मैनू भी यह महसूस होया कि ये जिहड़ा नवजोत सिंह सिद्धू है जिन्हों सिर्फ ते सिर्फ बयानबाजी तो सिवाए कहिंदे कम दे वल ध्यान दे दवे ते शायद कुछ हालात बदल जाण, सफाई तक नहीं हो रही। कल्ली उहदी नहीं, आ जंगे आजादी वॉर मेमोरियल जिन्ने भी माहजे बने है इतिहासिक स्थान अज सारे थावां ते बुरा हाल प्रबंधा दा होया। चलो वह गल मैं नहीं करता, मगर मैं अखीरली गल ये जरूर करदा कि तगड़े होके सब नू इकट्ठे होके ये लड़ाई पंजाब दे हक्कां दी लड़नी पैनी है, नहीं तो जिहे जिहा खजाना मंत्री ते जिहे जिहा ये दो तीन वजीर होर बने है गली बाती महकमे ने सारा पंजाब रगड़ के रख देना है, लोगों की गल नहीं होनी, लोगों के इंसाफ की गल नहीं होनी। इन्नियां गल्लां कहिंदा होया मैं बीबी जगीर कौर जी नूं, युवराज जी नूं, ते समुची इस हल्के की लीडरशिप नूं अज दे ठाठा मार दे कठ की वधाई दिंदा होया फतेह अर्ज करदा, वाहिगुरू जी का खालसा वाहिगुरू जी की फतेह।